8 ਵਾਰ ਵਿਆਹ ਕਰਵਾ ਚੁੱਕਿਆ ਇਹ ਵਿਅਕਤੀ ਹੁਣ ਨੌਵੀਂ ਪਤਨੀ ਦੀ ਕਰ ਰਿਹਾ ਤਲਾਸ਼ ਬਾਹਰਲੇ ਦੇਸ਼ਾਂ 'ਚ ਇੱਕ ਤੋਂ ਵੱਧ ਵਿਆਹ ਕਰਵਾਉਂਦਾ ਕਲਚਰ ਪ੍ਰਚਲਿਤ ਹੈ ਜਿਸ ਦੇ ਚੱਲਦੇ ਆਏ ਦਿਨ ਅਸੀਂ ਦੇਖਦੇ ਆ ਕਿ ਉੱਥੇ ਇੱਕ ਤੋਂ ਵੱਧ ਵਿਆਹ ਕਰਵਾਏ ਜਾਂਦੇ ਨੇ ਪਰ ਜਿਸ ਮਾਮਲੇ ਦੀ ਅਸੀਂ ਗੱਲ ਕਰ ਰਹੇ ਹਾਂ ਇਹ ਮਾਮਲਾ ਹੈਰਾਨ ਕਰ ਦੇਣ ਵਾਲਾ ਰਾਨ ਸ਼ੈਪਰਡ ਨਾਂ ਦੇ ਵਿਅਕਤੀ ਦਾ ਕਹਿਣਾ ਹੈ ਕਿ ਉਹ ਪਰਫੈਕਟ ਮੈਚ ਲੱਭ ਰਿਹਾ ਜਿਸ ਦੇ ਲਈ ਹੁਣ ਉਹ ਨੌਵੀਂ ਵਾਰ ਵਿਆਹ ਕਰਵਾਏਗਾ ਰਾਨ ਬ੍ਰਿਟੇਨ ਦੇ ਸੋਮਰਟਨ ਦੇ ਰਹਿਣ ਵਾਲੇ ਨੇ ਰਾਨ ਦਾ ਕਹਿਣਾ ਹੈ ਕਿ ਉਸ ਨੂੰ ਸਿੰਗਲ ਰਹਿਣਾ ਪਸੰਦ ਨਹੀਂ ਹੈ ਜਿਸ ਦੇ ਲਈ ਉਸ ਨੂੰ ਇੱਕ ਸਾਥੀ ਦੀ ਤਲਾਸ਼ ਹੈ ਇਸ ਤੋਂ ਪਹਿਲਾਂ ਉਹਨਾਂ ਨੇ ਰੋਜ਼ ਨਾ ਦੀ ਇੱਕ ਅਮਰੀਕੀ ਮਹਿਲਾ ਨਾਲ ਅੰਗੇਜਮੈਂਟ ਕੀਤੀ ਸੀ ਪਰ 2019 ਦੇ ਵਿੱਚ ਉਹਨਾਂ ਨੇ ਰਿਸ਼ਤਾ ਤੋੜ ਦਿੱਤਾ ਸੀ ਉਸ ਤੋਂ ਬਾਅਦ ਉਹ ਇਕੱਲੇ ਹੀ ਜੀਵਨ ਬਿਤਾ ਰਹੇ ਨੇ। ਕਾ ਮਿਰਰ ਦੀ ਰਿਪੋਰਟ ਦੇ ਮੁਤਾਬਕ ਪਾਰਕਿੰਸ਼ਨ ਨਾ ਦੀ ਇੱਕ ਬਿਮਾਰੀ ਨਾਲ ਪੀੜਿਤ ਰੌਨ ਨੇ ਕਿਹਾ ਕਿ ਮੈਂ ਖੁਦ ਦੇ ਲਈ ਸਮਾਂ ਕੱਢਦਾ ਹਾਂ। ਆਪਣੀਆਂ ਸਿਹਤ ਸੰਬੰਧੀ ਪਰੇਸ਼ਾਨੀਆਂ ਦੇ ਕਾਰਨ ਮੈਂ ਇੱਕ ਵਿਰਾਗੀ ਦੀ ਜ਼ਿੰਦਗੀ ਜੀ ਰਿਹਾ ਹਾਂ। ਰਾਮੇਡੀਅਨ ਨਾਰਮਨ ਡਿਸਡਮ ਦੇ ਸਾਬਕਾ ਟੂਰ ਮੈਨੇਜਰ ਰੌਨ ਸ਼ੈਪਰਡ ਨੇ ਕਿਹਾ ਕਿ ਉਹਨਾਂ ਨੇ ਸੋਚਿਆ ਸੀ ਕਿ ਸਾਬਕਾ ਪਤਨੀ ਫਿਲੀਪੀਨੋ ਕ੍ਰਿਸਟਲ ਲਾਲਿਕਾ ਹਮੇਸ਼ਾ ਦੇ ਲਈ ਉਹਨਾਂ ਦੇ ਨਾਲ ਰਹੇਗੀ ਪਰ 5 ਸਾਲ ਪਹਿਲਾਂ ਉਹ ਵੀ ਉਹਨਾਂ ਨੂੰ ਛੱਡ ਕੇ ਚਲੀ ਗਈ। ਰਾਨ ਨੇ ਕਿਹਾ ਕਿ ਮੈਂ ਹੁਣ ਵੀ ਪਿਆਰ ਦੀ ਤਲਾਸ਼ ਵਿੱਚਾਂ। ਮੈਂ ਕਦੇ ਵੀ ਹਾਰ ਨਹੀਂ ਮੰਨਾਂਗਾ। ਮੈਨੂੰ ਇਕੱਲੇ ਰਹਿਣਾ ਬਿਲਕੁਲ ਵੀ ਪਸੰਦ ਨਹੀਂ ਹੈ। ਜੇਕਰ ਰੌਨ ਦੀ ਪਿਛਲੀ ਜ਼ਿੰਦਗੀ ਦੇ ਬਾਰੇ ਗੱਲ ਕਰੀਏ ਤਾਂ ਰੌਨ ਦੇ 8 ਬੱਚੇ ਨੇ ਤੇ 13 ਪੋਤੇ-ਪੋਤੀਆਂ ਨੇ। ਉਹਨਾਂ ਨੇ ਸਾਲ 1968 ਦੇ ਵਿੱਚ ਮਾਰਗਰੇਟ ਨਾਲ ਵਿਆਹ ਕੀਤਾ ਸੀ। ਪਰ 3 ਸਾਲ ਬਾਅਦ ਹੀ ਉਹਨਾਂ ਦਾ ਤਲਾਕ ਹੋ ਗਿਆ ਸੀ। ਰੌਨ ਦੀ ਦੂਜੀ ਪਤਨੀ ਦਾ ਨਾਮ ਜੈਨੇਟ ਹੈ ਵਿਆਹ ਦੇ 1 ਸਾਲ ਬਾਅਦ 1974 ਦੇ ਵਿੱਚ ਵੀ ਉਹਨਾਂ ਦਾ ਤਲਾਕ ਹੋ ਗਿਆ ਸੀ 2 ਸਾਲ ਬਾਅਦ 1976 ਦੇ ਵਿੱਚ ਉਹਨਾਂ ਨੇ ਲੈਸਿਲ ਨਾਲ ਵਿਆਹ ਕੀਤਾ ਵਿਆਹ ਤੋਂ 5 ਸਾਲ ਬਾਅਦ ਲੈਸਿਲ ਦੀ ਮੌਤ ਹੋ ਗਈ ਤੇ ਰੌਨ ਫਿਰ ਇਕੱਲੇ ਹੋ ਗਈ 1982 ਦੇ ਵਿੱਚ ਰੌਨ ਦਾ ਚੌਥਾ ਵਿਆਹ ਕੈਥੀ ਨਾਲ ਹੋਇਆ ਅਤੇ ਫਿਰ ਤਲਾਕ ਹੋ ਗਿਆ ਫਿਰ 1986 ਦੇ ਵਿੱਚ ਉਹਨਾਂ ਨੇ ਸੂ ਨਾਲ ਵਿਆਹ ਕਰਵਾਇਆ ਇਹ ਵਿਆਹ 11 ਸਾਲ ਤੱਕ ਚੱਲਿਆ ਰੌਨ ਨੇ ਸਿੰਗਾਪੁਰ ਦੀ ਊਸ਼ਾ ਨਾਲ ਸਾਲ 1999 'ਚ ਵਿਆਹ ਕੀਤਾ ਫਿਰ 2003 ਦੇ ਵਿੱਚ ਵਾਨ ਤੇ 1 ਸਾਲ ਬਾਅਦ ਰੌਨ ਨੇ ਵਿੰਗ ਨਾਲ ਵਿਆਹ ਕੀਤਾ ਸੀ ਤੇ ਹੁਣ ਉਹ ਨੌਵੀਂ ਪਤਨੀ ਦੀ ਤਲਾਸ਼ ਕਰ ਰਹੇ ਨੇ ਬਿਊਰੋ ਰਿਪੋਰਟ ਲਿਵਿੰਗ ਇੰਡੀਆ ਨਿਊਜ਼ ਚੰਡੀਗੜ੍ਹ ਬਾਹਰਲੇ ਦੇਸ਼ਾਂ 'ਚ ਇੱਕ ਤੋਂ ਵੱਧ ਵਿਆਹ ਕਰਵਾਉਣ ਦਾ ਕਲਚਰ ਪ੍ਰਚਲਿਤ ਹੈ ਜਿਵੇਂ ਚੱਲਦੇ ਆਂ ਆਏ ਦਿਨ ਅਸੀਂ ਦੇਖਦੇ ਆਂ ਕਿ ਉੱਥੇ ਇੱਕ ਤੋਂ ਵੱਧ ਵਿਆਹ ਕਰਵਾਏ ਜਾਂਦੇ ਨੇ ਪਰ ਜਿਸ ਮਾਮਲੇ ਦੀ ਅਸੀਂ ਗੱਲ ਕਰ ਰਹੇ ਆਂ ਇਹ ਮਾਮਲਾ ਹੈਰਾਨ ਕਰ ਦੇਣ ਵਾਲਾ ਹੈ ਰਾਨ ਸ਼ੈਪਰਡ ਨਾਂ ਦੇ ਵਿਅਕਤੀ ਦਾ ਕਹਿਣਾ ਹੈ ਕਿ ਉਹ ਪਰਫੈਕਟ ਮੈਚ ਲੱਭ ਰਿਹਾ ਜਿਸ ਦੇ ਲਈ ਹੁਣ ਉਹ ਨੌਵੀਂ ਵਾਰ ਵਿਆਹ ਕਰਵਾਏਗਾ ਰਾਨ ਬ੍ਰਿਟਨ ਦੇ ਸੋਮਰਟਨ ਦੇ ਰਹਿਣ ਵਾਲੇ ਨੇ ਰਾਨ ਦਾ ਕਹਿਣਾ ਹੈ ਕਿ ਉਸ ਨੂੰ ਸਿੰਗਲ ਰਹਿਣਾ ਪਸੰਦ ਨਹੀਂ ਹੈ ਜਿਸ ਦੇ ਲਈ ਉਸ ਨੂੰ ਇੱਕ ਸਾਥੀ ਦੀ ਤਲਾਸ਼ ਹੈ ਇਸ ਤੋਂ ਪਹਿਲਾਂ ਉਹਨਾਂ ਨੇ ਰੋਜ਼ਨਾ ਦੀ ਇੱਕ ਅਮਰੀਕੀ ਮਹਿਲਾ ਨਾਲ ਅੰਗੇਜਮੈਂਟ ਕੀਤੀ ਸੀ ਪਰ 2019 ਦੇ ਵਿੱਚ ਉਹਨਾਂ ਨੇ ਰਿਸ਼ਤਾ ਤੋੜ ਦਿੱਤਾ ਸੀ ਉਸ ਤੋਂ ਬਾਅਦ ਉਹ ਇਕੱਲੇ ਹੀ ਜੀਵਨ ਬਿਤਾ ਰਹੇ ਨੇ। ਕਾ ਮਿਰਰ ਦੀ ਰਿਪੋਰਟ ਦੇ ਮੁਤਾਬਕ ਪਾਰਕਿੰਸ਼ਨ ਨਾ ਦੀ ਇੱਕ ਬਿਮਾਰੀ ਨਾਲ ਪੀੜਿਤ ਰੌਨ ਨੇ ਕਿਹਾ ਕਿ ਮੈਂ ਖੁਦ ਦੇ ਲਈ ਸਮਾਂ ਕੱਢਦਾ ਹਾਂ। ਆਪਣੀਆਂ ਸਿਹਤ ਸੰਬੰਧੀ ਪਰੇਸ਼ਾਨੀਆਂ ਦੇ ਕਾਰਨ ਮੈਂ ਇੱਕ ਵਿਰਾਗੀ ਦੀ ਜ਼ਿੰਦਗੀ ਜੀ ਰਿਹਾ ਹਾਂ। ਰਾਮੇਡੀਅਨ ਨਾਰਮਨ ਡਿਸਡਮ ਦੇ ਸਾਬਕਾ ਟੂਰ ਮੈਨੇਜਰ ਰੌਨ ਸ਼ੈਪਰਡ ਨੇ ਕਿਹਾ ਕਿ ਉਹਨਾਂ ਨੇ ਸੋਚਿਆ ਸੀ ਕਿ ਸਾਬਕਾ ਪਤਨੀ ਫਿਲੀਪੀਨੋ ਕ੍ਰਿਸਟਲ ਲਾਲਿਕਾ ਹਮੇਸ਼ਾ ਦੇ ਲਈ ਉਹਨਾਂ ਦੇ ਨਾਲ ਰਹੇਗੀ ਪਰ 5 ਸਾਲ ਪਹਿਲਾਂ ਉਹ ਵੀ ਉਹਨਾਂ ਨੂੰ ਛੱਡ ਕੇ ਚਲੀ ਗਈ। ਰਾਨ ਨੇ ਕਿਹਾ ਕਿ ਮੈਂ ਹੁਣ ਵੀ ਪਿਆਰ ਦੀ ਤਲਾਸ਼ ਵਿੱਚਾਂ। ਮੈਂ ਕਦੇ ਵੀ ਹਾਰ ਨਹੀਂ ਮੰਨਾਂਗਾ। ਮੈਨੂੰ ਇਕੱਲੇ ਰਹਿਣਾ ਬਿਲਕੁਲ ਵੀ ਪਸੰਦ ਨਹੀਂ ਹੈ। ਜੇਕਰ ਰੌਣ ਦੀ ਪਿਛਲੀ ਜ਼ਿੰਦਗੀ ਦੇ ਬਾਰੇ ਗੱਲ ਕਰੀਏ ਤਾਂ ਰੌਣ ਦੇ 8 ਬੱਚੇ ਨੇ ਤੇ 13 ਪੋਤੇ-ਪੋਤੀਆਂ ਨੇ। ਉਹਨਾਂ ਨੇ ਸਾਲ 1968 ਦੇ ਵਿੱਚ ਮਾਰਗਰੇਟ ਨਾਲ ਵਿਆਹ ਕੀਤਾ ਸੀ। ਪਰ 3 ਸਾਲ ਬਾਅਦ ਹੀ ਉਹਨਾਂ ਦਾ ਤਲਾਕ ਹੋ ਗਿਆ ਸੀ। ਰੌਨ ਦੀ ਦੂਜੀ ਪਤਨੀ ਦਾ ਨਾਮ ਜੈਨੇਟ ਹੈ ਵਿਆਹ ਦੇ 1 ਸਾਲ ਬਾਅਦ 1974 ਦੇ ਵਿੱਚ ਵੀ ਉਹਨਾਂ ਦਾ ਤਲਾਕ ਹੋ ਗਿਆ ਸੀ 2 ਸਾਲ ਬਾਅਦ 1976 ਦੇ ਵਿੱਚ ਉਹਨਾਂ ਨੇ ਲੈਸਿਲ ਨਾਲ ਵਿਆਹ ਕੀਤਾ ਵਿਆਹ ਤੋਂ 5 ਸਾਲ ਬਾਅਦ ਲੈਸਿਲ ਦੀ ਮੌਤ ਹੋ ਗਈ ਤੇ ਰੌਨ ਫਿਰ ਇਕੱਲੇ ਹੋ ਗਈ 1982 ਦੇ ਵਿੱਚ ਰੌਨ ਦਾ ਚੌਥਾ ਵਿਆਹ ਕੈਥੀ ਨਾਲ ਹੋਇਆ ਅਤੇ ਫਿਰ ਤਲਾਕ ਹੋ ਗਿਆ ਫਿਰ 1986 ਦੇ ਵਿੱਚ ਉਹਨਾਂ ਨੇ ਸੂ ਨਾਲ ਵਿਆਹ ਕਰਵਾਇਆ ਇਹ ਵਿਆਹ 11 ਸਾਲ ਤੱਕ ਚੱਲਿਆ ਰੌਨ ਨੇ ਸਿੰਗਾਪੁਰ ਦੀ ਊਸ਼ਾ ਨਾਲ ਸਾਲ 1999 'ਚ ਵਿਆਹ ਕੀਤਾ ਫਿਰ 2003 ਦੇ ਵਿੱਚ ਵਾਨ ਤੇ 1 ਸਾਲ ਬਾਅਦ ਰੌਨ ਨੇ ਵਿੰਗ ਨਾਲ ਵਿਆਹ ਕੀਤਾ ਸੀ ਤੇ ਹੁਣ ਉਹ ਨੌਵੀਂ ਪਤਨੀ ਦੀ ਤਲਾਸ਼ ਕਰ ਰਹੇ ਨੇ ਬਿਊਰੋ ਰਿਪੋਰਟ ਲਿਵਿੰਗ ਇੰਡੀਆ ਨਿਊਜ਼ ਚੰਡੀਗੜ੍ਹ